ਜਿਹੜੀ ਇਹਦੀ ਕੁਆਲਿਟੀ ਆ, ਇਹਦੀ ਕੁਆਲਿਟੀ ਆਪੇ ਦੱਸਦੀ ਆ। ਬਾਡੀ ਦੇ ਵਿੱਚ ਸ਼ਾਈਨਿੰਗ ਆ ਗਈ, ਪਿੰਡੇ 'ਚ ਲੈਗ ਸਕੋਰ, ਕੱਦ ਕਾਠ ਤੇ ਲੰਬਾਈ ਵੱਛੀ ਦੀ ਨਾਲ ਵਾਲੀਆਂ, ਮੰਨ ਲਓ ਵੀ ਬੈੜਾਂ ਜਿੰਨਾ ਕੱਦ ਆ ਵੱਛੀ ਦਾ, ਹਾਈਟ ਬਹੁਤ ਕਰੂਗੀ। ਤੇ ਅੱਗੇ ਲੈ ਸੱਜਣੋ, ਅੱਜ ਦੀ ਵੀਡੀਓ ਬਣਾਉਣ ਕਹਿੰਦੇ ਵੀ ਆਪਾਂ ਫੇਰ ਪਹੁੰਚ ਚੁੱਕੇ ਆ ਪਿੰਡ ਗੁਰਮਾ, ਤਹਿਸੀਲ ਮਹਿਲ ਕਲਾਂ ਤੇ ਜ਼ਿਲ੍ਹਾ ਬਰਨਾਲਾ। ਗੁਰਮਾ ਜਰਸੀ ਫਾਰਮ ਤੇ ਪਹੁੰਚੇ ਹੋਏ ਆ। ਤਿੰਨ ਤਾਂ ਜਰਸੀ ਵੱਛੀਆਂ ਦਿਖਾਵਾਂਗੇ, ਖੀਰੀਆਂ ਟੌਪ ਕੁਆਲਿਟੀ ਦੀਆਂ, ਤੇ ਤਿੰਨ ਤੁਹਾਨੂੰ ਗੱਬਣਾ ਵੱਛੀਆਂ ਦਿਖਾ ਦੂੰਗਾ, ਤੇ ਇੱਕ ਪਹਿਲਣ ਵੱਛੀ ਦਿਖਾ ਦਾਂਗੇ ਤੁਹਾਨੂੰ ਤਾਜ਼ੀ ਸੂਈ। ਤਿੰਨਾਂ ਕੁ ਦਿਨਾਂ ਦੀ ਸੂਈ ਆ, ਚੰਗਾ ਬੋਲਾ ਤਿਆਰੀ ਦਾ। ਤੇ ਬਾਕੀ ਧਾਰਾਂ ਵੀ ਇਹਦੀਆਂ ਤੁਹਾਨੂੰ ਮੈਂ ਮਾਰ ਕੇ ਦਿਖਾਊਂਗਾ, ਖਾਣ ਖੁਣ ਵੱਛੀ ਨੂੰ ਬਹੁਤ ਕੰਮ ਦਾ ਲੱਗਿਆ। ਤੇ ਬਾਕੀ ਡਿਟੇਲ ਆ ਜਿਹੜੀ ਬਾਈ ਨੂੰ ਪੁੱਛ ਲਾਂਗੇ, ਕੱਲਾ ਕੱਲਾ ਪਸ਼ੂ ਖੋਲ ਕੇ ਤੋਰ ਕੇ ਦਿਖਾ ਦਾਂਗੇ। ਆ ਜਾਓ ਜੀ। ਹੋਰ ਬਾਈ ਜੀ ਕੀ ਹਾਲ ਆ? ਵਧੀਆ ਵੀਰੇ, ਠੀਕ ਠਾਕ ਹੋ? ਹਾਂ ਵਧੀਆ ਵੀਰੇ। ਪਿੱਛੇ ਆਪਾਂ ਵੀਡੀਓ ਪਾਈ ਸੀ, ਡਿੱਗ ਗਿਆ ਸੀ ਮਾਰ। ਹਾਂ ਵੀਰੇ, ਸਾਰਾ ਮਿਲ ਗਿਆ। ਹੁਣ ਫਿਰ ਕਿਹੜੇ ਪੰਨੇ ਸ਼ੁਰੂ ਕਰੀਏ ਅੱਜ? ਇੱਧਰੋਂ ਹੀ ਕਰ ਲਓ ਵੀਰੇ, ਸੋਈ ਹੋਈ। ਉਹ ਕੰਮ ਮੇਰਾ ਖਿਆਲ ਆ ਵੀ ਸਪੈਸ਼ਲ ਆਪਣਾ ਜਰਸੀ ਦਾ ਹੀ ਆ, ਹੈ ਨਾ? ਹਾਂ ਵੀਰੇ, ਇਕੱਲੀਆਂ ਜਰਸੀ ਲਿਆਉਣੇ ਆਪਾਂ, ਹਾਂ ਮੱਛੀਆਂ ਸਪੈਸ਼ਲ ਗੱਬਣ। ਜਰਸੀ ਆਉਂਦੀ ਹੈ। ਹਾਂ ਹਾਂ ਵੀਰੇ, ਠੀਕ ਹੈ ਗੱਲ। ਗੱਬਣ ਦੇ ਤੁਹਾਨੂੰ ਇੱਕ ਫਾਇਦਾ ਦੱਸ ਦੇਣਾ, ਗੱਬਣ ਪਸ਼ੂ ਦੇ, ਕਿਉਂਕਿ ਇੱਕ ਤਾਂ ਬੱਚਾ ਬੁੱਚਾ ਲੱਗੇ ਵਾਲਾ ਸੀਨ ਨਹੀਂ ਹੁੰਦਾ, ਤੇ ਬਾਕੀ ਯਾਰ ਆਪਣੇ ਸਾਹਮਣੇ ਆਪਣੇ ਘਰੇ ਪਸ਼ੂ ਸੂ ਪਾਉਂਦਾ, ਪੰਜ ਪੰਜ ਚਾਰ ਦਿਨ ਜਿਵੇਂ ਕੱਚੀਆਂ ਨੇ, ਪੰਜਾਂ ਸੱਤਾਂ ਦਿਨਾਂ ਦੀਆਂ, ਉਦਾਂ ਦੀ ਬੰਦਾ ਤਿਆਰੀ ਲਾ ਲੈਂਦਾ, ਤੇ ਪਸ਼ੂ ਬਈ ਘਰੇ ਜਾ ਕੇ ਜੀ ਵੀ ਲਾ ਲੈਂਦਾ, ਚੰਗੇ ਦੇ ਉੱਤੇ ਚੱਲ ਪੈਂਦਾ ਫਿਰ। ਤੇ ਸ਼ੁਰੂਆਤ ਕਰੀ ਇਧਰਲੇ ਬੰਨਿਓ ਕਰਾਂਗੇ, ਪਹਿਲਾਂ ਥਣ ਦਾ ਸਾਈਜ਼ ਹੀ ਦਿਖਾ ਦੇ ਮੱਛੀ ਦਾ। ਕੈਮਰਾ ਮਾਰ ਦੇ, ਬੱਚਾ ਇਹਨੂੰ ਸੱਜਣੋਂ ਆਪਣਾ ਲਾਇਆ ਵਾ, ਕਿਉਂਕਿ ਬੱਚਾ ਲਾਉਣ ਨਾਲ ਥਣ ਦੇ ਸਾਈਜ਼ ਦਾ ਆਈਡੀਆ ਆਇਆ ਨਾ। ਧਾਰਾਂ ਵੀ ਦਿਖਾਉਂਗਾ ਐਂਡ ਤੇ ਮਾਰ ਕੇ। ਢੋਰ ਬਾਈ ਖੋਲ ਕੇ, ਸੂਆ ਕਿਹੜਾ ਆ ਗਿਆ ਬਾਈ ਦਾ? ਪਹਿਲਾ ਸੂਆ ਵੀਰੇ, ਪਹਿਲਾ ਸੂਆ ਤਕਰੀਬਨ ਤੀਜਾ ਚੌਥਾ ਕਿ ਦਿਨ ਹੀ ਹੋਊਗਾ ਨਾ? ਹਾਂ ਹਾਂ ਵੀਰੇ, ਆ ਤੀਜਾ ਚੌਥਾ ਕਿ ਦਿਨ ਸੂਈ ਨੂੰ। ਤੇ ਬੌਲੀ ਬਾਈ ਜੇ ਗੱਲ ਕਰ ਲਈ, ਕਿੰਨੀ ਕੁ ਹਾਲ ਹੈ? ਬੋਲੀ 9 ਤੋਂ 10 ਲੀਟਰ ਹੋਊ ਵੀਰੇ ਹੁਣ। 9 ਤੋਂ 10 ਲੀਟਰ ਹਾਲ ਫਿਲਹਾਲ ਇਹਦੇ ਕੋਲ ਹੈਗਾ। ਘੁਮਾ ਦੇ ਬਾਈ ਇੱਥੋਂ, ਐਨੂੰ ਐਨੂੰ ਲਿਆ। ਤੇ ਚਵਾਈ ਦੀ ਕਿਵੇਂ ਬਾਈ? ਇੱਕ ਨੰਬਰ ਹੈ ਵੀਰੇ ਚਵਾਈ ਦੀ, ਐਨੂੰ ਤੋਰ ਦੇ ਲੰਬੀ ਚਵਾਈ ਦੀ ਬਾਈ। ਕਹਿੰਦਾ ਇੱਕ ਨੰਬਰ, ਆਵਲ ਫੌਲ ਤਾਂ ਨਹੀਂ ਕਰਦੀ ਕੋਈ? ਨਾ ਨਾ ਵੀਰੇ। ਤੇ ਬਾਕੀ ਇੱਕ ਗੱਲ ਤੁਹਾਨੂੰ ਹੋਰ ਦੱਸ ਦੇਣਾ ਸੱਜਣੋ, ਜਿਹੜੀ ਨਸਲ ਹੈ ਨਸਲ ਇਹ ਹੁੰਦੀ ਹੈ ਬਿਲਕੁਲ ਠੰਡੀ, ਤੇ ਬਾਕੀ ਜਿਹੜਾ ਇਹਨਾਂ ਦਾ ਦੁੱਧ ਆ, ਦੁੱਧ ਇਹਨਾਂ ਦਾ ਮੱਝਾਂ ਦੇ ਨੇੜ ਤੇੜੇ ਦਾ ਹੁੰਦਾ, ਕਿਉਂਕਿ ਇਹਨਾਂ ਦੀ ਫੈਟ ਪਰਸੈਂਟੇਜ ਆ ਜਿਹੜੀ ਐਚ ਐਫ ਦੇ ਮੁਕਾਬਲੇ ਜ਼ਿਆਦਾ ਹੁੰਦੀ ਆ। ਤੇ ਬਾਕੀ ਐਚ ਐਫ ਦੇ ਮੁਕਾਬਲੇ ਇਹ ਨਸਲ ਥੋੜ੍ਹੀ ਜਿਹੀ ਗਰਮੀ ਵੀ ਘੱਟ ਮਨਾਉਂਦੀ ਆ, ਤੇ ਦੁੱਧ ਦੀ ਕੁਆਲਿਟੀ ਵੀ ਚੰਗੀ ਹੁੰਦੀ ਐਚ ਐਫ ਦੇ ਬਰਾਬਰ ਇਹਨਾਂ ਦੀ। ਬਾਕੀ ਠੰਡੀ ਸੀ ਨਾ ਬੋਲੀ। ਸਵਾਹ ਵਾਲਾ ਕੰਮ ਆ ਗਿਆ, ਜਮੀ ਠੰਡੀ ਆ ਸਵਾਹ ਦੀ। ਸਵਾਹ ਵਾਲਾ ਉਹ ਸੀਨ ਨਹੀਂ ਕਰੀ, ਉਹ ਲਿਆ ਕੈਮਰਾ, ਉਹ ਸਵਾਹ ਦੀ ਜਮੀ ਠੰਡੀ ਵਾਲਾ। ਬਾਕੀ ਤੁਹਾਨੂੰ ਬੱਚਾ ਲਾ ਕੇ ਮਾਰ ਕੇ ਦਿਖਾਊਂਗਾ ਧਾਰਾਂ ਇਹਦੀਆਂ, ਹਾਲ ਫਿਲਹਾਲ ਇੱਕ ਇੱਕ ਦੋ ਧਾਰਾਂ ਹੀ ਦਿਖਾ ਦਾਂ ਮੈਂ, ਵੀ ਉਹਦਾ ਮੱਝ ਵਾਲਾ ਕੰਮ ਹੀ ਹੈ ਇਹਦੀ ਚਬਾਈ ਦਾ, ਉਹ ਤੁਹਾਨੂੰ ਐਂਡ ਤੇ ਦਿਖਾਊਂਗਾ ਮੈਂ। ਤੇ ਰੇਟ ਇਹਨਾਂ ਦੇ ਬਾਈ ਕਿਵੇਂ? ਰੇਟ ਫੋਨ ਤੇ ਕਰ ਦਾਂਗੇ ਵੀਰੇ, ਹੁਣ ਕੇ ਜਾਇਆ ਜੀ ਜਮਾ। ਠੀਕ ਆ ਗੱਲ। ਹਾਂ ਪਿਛਲੀ ਵੀਡੀਓ 'ਚ ਵੀ ਬਾਈ ਨੇ ਫੋਨ ਤੇ ਕਰੇ ਤੇ ਰੇਟ ਨੇ ਜਿਹੜੇ ਰੇਟ ਬਾਈ ਕਹਿੰਦਾ ਕੁਆਲਿਟੀ ਦੇ ਹਿਸਾਬ ਨਾਲ ਹੀ ਹੋਣਗੇ, ਤੇ ਹੁਣ ਗਰੀ ਆ ਵੱਛੀ ਦੇ ਮਾਰਦੇ ਕੈਮਰਾ ਵਜੂਦ ਬਜਾਦ ਚੰਗਾ ਵੱਛੀ ਦਾ, ਤੇ ਇਥੋਂ ਥਣ ਦਾ ਸਾਈਜ਼ ਵੀ ਕਰਾ ਦੇ ਚੈੱਕ ਇਹਦਾ। ਧੋਰ ਬਾਈ ਖੋਲ ਕੇ ਨਹੀਂ, ਇਹਦਾ ਕਿਹੜਾ ਸੂਆ ਬਾਈ? ਇਹ ਦੂਜਾ ਸੂਆ ਵੀਰੇ, ਸੂਆ ਦੂਜਾ, ਤੇ ਢਾਂਚੇ ਦੀ ਬਹੁਤ ਸ਼ਾਨਦਾਰ ਆ, ਲੈਗ ਸਕੋਰ ਦੀ ਬਹੁਤ ਮਜ਼ਬੂਤ ਆ ਵੱਛੀ, ਥਣ ਸਿੰਗਲ ਚਾਰ ਹੀ ਨੇ, ਮੁੱਠੀ ਦੀ ਚਵਾਈ ਵਾਲਾ ਥਣ ਲੱਗਿਆ, ਤੇ ਪਿਓਰ ਜਰਸੀ 'ਚ ਆ ਗਈ 100 ਦਾ 100, ਮੱਥੇ 'ਚ ਟੋਆ, ਫੇਸ ਬਿਲਕੁਲ ਛੋਟਾ ਆ ਗਿਆ, ਤੇ ਵਜੂਦ ਸੋਹਣਾ ਵੱਛੀ ਦਾ। ਪਹਿਲੇ ਸੂਏ ਪਾਇਆ ਹੋਇਆ ਵੀਰੇ 19 ਲੀਟਰ ਦੁੱਧ ਦਾ। ਆ ਵਜਨ ਵਾਲੀ ਵੱਛੀ ਆ ਗਈ, ਪੂਰੀ ਹੈਵੀ ਕਹਿ ਲੈਂਦੇ ਆਪਾਂ, ਜਿਵੇਂ ਹੈਵੀ ਵਜਨ ਵੇਟ ਵਾਲੀ ਆ ਗਈ ਪਿਓਰ ਜਰਸੀ 'ਚ, ਜਿਵੇਂ ਕਿਸੇ ਭਰਾ ਨੇ ਲਿਜਾਣੀ ਆ, ਨਸਲ ਟੌਪ ਦੀ ਤਿਆਰ ਕਰ ਦੂ, ਤੇ ਜਾਣ ਜੂਣ ਵਾਲਾ ਤੇ ਇਹ 'ਚ ਕੋਈ ਲੇਖਾ ਨਹੀਂ ਹੈਗਾ। ਬਾਕੀ ਜਿਹੜਾ ਆਰਡਰ ਹੈ, ਆਰਡਰ ਬਣਾਊਗੀ ਬਿਲਕੁਲ ਨਾਲ ਲੱਗਮਾ, ਟੁੱਟਮਾ ਆਰਡਰ ਨਹੀਂ ਰੱਖਦੀ, ਕਿਉਂਕਿ ਜਿਹੜਾ ਨਾਲ ਲੱਗਮਾ ਆਰਡਰ ਹੁੰਦਾ ਉਹ ਗਾਵਾਂ 'ਚ ਜ਼ਿਆਦਾਤਰ ਕਾਮਯਾਬ ਉਹੀ ਰਹਿੰਦਾ, ਟੁੱਟਮਾ ਆਰਡਰ ਆ ਜਿਹੜਾ ਉਹ ਗਾਵਾਂ 'ਚ ਜ਼ਿਆਦਾ ਕਾਮਯਾਬ ਨਹੀਂ ਹੁੰਦਾ, ਕਿਉਂਕਿ ਉਹ 'ਚ ਮਸਟੈਟਸ ਦੀ ਪ੍ਰੋਬਲਮ ਜ਼ਿਆਦਾ ਰਹਿੰਦੀ ਆ। ਤੇ ਜਿਹੜਾ ਇਹ ਲੇਵਾ ਆ ਗਿਆ, ਇਹ ਲੇਵੇ ਨੂੰ ਨਾ ਤਾਂ ਮਸਟੈਟਸ ਦੀ ਪ੍ਰੋਬਲਮ ਆਵੇ, ਤੇ ਨਾ ਥਣ ਤੇ ਪੈਰ ਪੂਰ ਟਿਕੇ, ਚਾਹੇ ਇਹਨੂੰ ਭੀੜ ਭੜੱਕੇ 'ਚ ਡੈਰੀ 'ਚ ਬੰਨ ਲਿਓ, ਤੇ ਇੱਥੋਂ ਥਣ ਦਿਖਾ ਦਿੰਦੇ ਜੀ, ਖੱਲਾ ਖੱਲਾ ਥਣਾ ਸੋਹਣਾ ਲੱਗਿਆ, ਤੇ ਬਣੂ ਬਣੂ ਬਹੁਤ ਇੱਥੋਂ।
ਇਹਦਾ ਕੀ ਰਿਕਾਰਡ ਦੱਸਿਆ ਬਾਈ? ਇਹਦਾ 18-19 ਲੀਟਰ ਹੈ ਵੀਰੇ ਪਹਿਲੇ ਜੂਏ ਦਾ। ਠੀਕ ਹੈ ਗੱਲ, ਤੇ ਬਾਕੀ ਬਜੂਦ ਵੀ ਚੰਗਾ। ਹਾਂ ਹਾਂ ਵੀਰੇ, ਵੱਡੀ ਵੈੜ ਆ ਵਧੀਆ। ਹਾਂ ਵੱਡੀ ਆ ਗਈ ਤੇ ਚਮਕ ਦਮਕ ਵੀ ਚੰਗੀ ਆ ਗਈ ਪਿਓਰ ਜਰਸੀ ਚ। ਤੇ ਹੁਣ ਗੈਰੀ 3 ਨੰਬਰ ਵਾਲੀ ਵੱਛੀ ਤੇ ਮਾਰਦੇ, ਦਿਖਾਉਂਗਾ ਸਾਰੀ ਜਰਸੀ ਬਾਈ ਕੋਲੇ। ਹਾਂ ਵੀਰੇ, ਤੋਰ ਦੇ ਬਾਈ ਖੋਲ ਕੇ ਇਹਨੂੰ ਵੀ, ਥਣ ਥੁਣੇ ਨੂੰ ਵੀ ਕਮਾਲ ਦਾ ਲੱਗਿਆ, ਕਿਉਂਕਿ ਸਭ ਤੋਂ ਮੇਨ ਪੁਆਇੰਟ ਆ ਯਾਰ ਗਾਵਾਂ ਦਾ ਜਿਹੜਾ ਥਣ ਦਾ ਸਾਈਜ਼ ਹੀ ਹੁੰਦਾ। ਇਹਨੂੰ ਵੀ ਮੱਝਾਂ ਦੇ ਏੜਗੇੜੀ ਲੱਗਿਆ। ਇਹਦਾ ਸੂਆ ਕਿਹੜਾ ਜੀ? ਦੂਜਾ ਵੀਰੇ ਸੂਆ ਦੂਜਾ। ਤੇ ਇਹ ਦਿਨ ਕਿੰਨੇ ਕੇ ਕੱਢਣਗੇ ਬਾਈ? ਇਹ ਬਸ ਹਫਤੇ 10 ਦਿਨ ਰਹਿਣਗੇ ਵੀਰੇ, ਸਾਰੀਆਂ ਤਕਰੀਬਨ ਹਫਤੇ ਤੋਂ 10 ਦਿਨ ਦੇ ਅੰਦਰ ਨੇ। ਹਾਂ ਹਾਂ ਵੀਰੇ, ਆ ਵੱਛੀ ਇਹ ਵੀ ਚੰਗੇ ਵਜੂਦ ਵਾਲੀ ਆ ਤੇ ਸੋਹਣੀ ਆ, ਪੇਟ ਵਾਲੀ ਜਰਸੀ ਕਹਿ ਸਕਦੇ ਆਪਾਂ ਇਹਨੂੰ, ਤੇ ਕਲਰ ਵਾਈਜ਼ ਵੀ ਸ਼ਾਨਦਾਰ ਆ, ਤੇ ਸਾਰੀਆਂ ਤਕਰੀਬਨ ਪਿਓਰ ਜਰਸੀ 'ਚ ਹੀ ਪੈਂਦੀਆਂ ਜਿੰਨੀਆਂ ਕੁ ਬਾਈ ਕੋਲ ਹੈਗੀਆਂ। ਥਣ ਦਾ ਸਾਈਜ਼ ਇਹਨੂੰ ਲੱਗਿਆ ਜਿੱਦਾਂ ਆਪਾਂ ਕਹਿ ਲੈਂਦੇ ਵੀ ਮੱਝਾਂ ਨੂੰ ਲੱਗਿਆ ਹੁੰਦਾ, ਝੋਟੀਆਂ ਨੂੰ ਲੱਗਿਆ ਹੁੰਦਾ। ਇੱਕ ਭਰਾ ਦਾ ਕਮੈਂਟ ਵੀ ਆਇਆ ਸੀ ਕਈ ਦਿਨ ਹੋ ਗਏ, ਉਹ ਬਾਈ ਕਹਿੰਦਾ ਤੂੰ ਮੱਝਾਂ ਬਾਰੇ ਕਹਿ ਦੇਣਾ ਵੀ ਮੱਝਾਂ ਨਾਲ ਦਾ ਥਣ ਲੱਗਿਆ। ਭਰਾਵਾ ਮੱਝਾਂ ਸਾਡੇ ਕੋਲ ਵੀ ਹੈਗੀਆਂ, ਚੰਗੀਆਂ ਰੱਖਦੇ ਹਾਂ ਮੱਝਾਂ, ਇਹੀ ਜੀ ਗੱਲ ਨਹੀਂ। ਕਦੇ ਆ ਜੀ ਤੈਨੂੰ ਸਾਡੇ ਘਰੇ, ਅਸੀਂ ਦਿਖਾ ਦਿਆਂਗੇ। ਤੇ ਰੂਟੀਨ 'ਚ ਵੀਡੀਓ ਪਾਉਂਦਾ ਹੁੰਦਾ ਮੈਂ, ਰੋਜ਼ ਦੇਖਿਆ ਕਰ ਮੇਰੀ ਵੀਡੀਓ। ਮੈਂ 2 ਲੱਖ ਵਾਲੀ, 4 ਲੱਖ ਵਾਲੀ ਮੱਝ ਦੀ ਵੀਡੀਓ ਵੀ ਪਾਉਂਦਾ ਹੁੰਦਾ, ਮੈਂ ਗਾਵਾਂ ਦੀ ਵੀ ਪਾਉਂਦਾ ਹੁੰਦਾ, ਕਿਉਂਕਿ ਉਹਦੇ ਨਾਲ ਕੰਪੈਰੀਜ਼ਨ ਮੈਂ ਤਾਂ ਕਰ ਦਿੰਦਾ ਥਣ ਦਾ ਸਾਈਜ਼ ਮੱਝਾਂ ਦਾ ਇਦਾਂ ਦਾ ਹੁੰਦਾ। ਜੇ ਤੇਰੇ ਘਰੇ ਮੱਝਾਂ ਹੈਗੀਆਂ ਤਾਂ ਚੈੱਕ ਕਰੀ ਜ਼ਰੂਰ ਇੱਕ ਵਾਰੀ। ਇਹਦੇ ਕਿੰਨੇ ਦਿਨ ਪੈਂਡਿੰਗ ਹੈ ਬਾਈ? ਇਹਦਾ ਵੀ ਹਫਤਾ 10 ਦਿਨ ਪਿਆ ਵੀਰੇ। ਇਹਦਾ ਕੀ ਰਿਕਾਰਡ ਦੱਸਿਆ ਬਾਈ? ਕਰੀ ਅਗਲੇ ਬੰਨੇ ਦਾ? ਇਹਦਾ ਵੀ ਬਸ 19-20 ਲੀਟਰ ਪਾਇਆ ਹੋ ਰਿਹਾ ਪਹਿਲੇ ਸੂਏ ਦਾ। ਵੱਡੀਆਂ ਬੈੜਾਂ ਨੇ ਵੀਰੇ ਸਾਰੀਆਂ। ਹਾਂ ਬੈੜਾਂ ਚੰਗੀਆਂ ਨੇ, ਵਜੂਦ ਵਾਲੀਆਂ ਨੇ। ਗਰਮੀ ਦੇ ਹਿਸਾਬ ਨਾਲ ਤੁਸੀਂ ਵੀ ਜਿਹੜੇ ਹਿਸਾਬ ਨਾਲ, ਚਲੋ ਮੌਸਮ 'ਚ ਥੋੜਾ ਬਦਲਾ, ਪਿਛਲੇ ਸਾਲ ਜਿੰਨਾ ਕੁ ਦੁੱਧ ਮੰਨ ਲਓ। ਹਾਂ ਮੈਂ 19-20 ਲੀਟਰ ਬੰਨ ਕੇ ਵੀਰੇ ਲੈ ਜਾਓ, ਕਿਉਂਕਿ ਜੇ ਮੌਸਮ ਸਰਦੀ ਦਾ ਹੁੰਦਾ, ਮੈਂ ਤੁਹਾਨੂੰ ਅਕਸਰ ਦੱਸਦਾ ਹੁੰਦਾ, ਸਰਦੀ 'ਚ ਬਾਈ ਗਾਵਾਂ ਤਕਰੀਬਨ 2 ਤੋਂ 4 ਲੀਟਰ ਦੁੱਧ ਅੱਪ ਕਰਦੀਆਂ। ਹਾਂ ਹਾਂ ਵੀਰੇ, ਆ ਮੱਝਾਂ 2 ਕੁ ਲੀਟਰ ਅੱਪ ਕਰਦੀਆਂ ਨੇ, ਗਾਵਾਂ 3-4 ਦੇੜ ਗੇੜ ਕਰ ਜਾਂਦੀਆਂ ਨੇ, ਕਿਉਂਕਿ ਹੁਣ ਤਾਂ ਉਹੀ ਗੱਲ ਆ ਵੀ ਬੰਦੇ ਸੁੱਕਣ ਵਾਲਾ ਕੰਮ ਹੋ ਰਿਹਾ ਨਾ ਜਿਹੜੇ ਹਿਸਾਬ ਦਾ ਮੌਸਮ ਆ। ਤੇ ਹੁਣ ਮਾਰਦੇ ਗਾ ਜੀ 4 ਨੰਬਰ ਵਾਲੀ ਵੱਛੀ ਦੇ ਵੀ ਤੋਰ ਦੂਜੀ। ਤੇ ਇੱਕ ਖਾਸੀਅਤ ਆ ਬਾਈ ਦੀ ਵੀ ਆਰਡਰ ਬਿਲਕੁਲ ਫਿਕਸ ਨੇ ਗਾਵਾਂ ਦੇ, ਥਣ ਦੇ ਸਾਈਜ਼ ਮੁੱਠੀ ਵਾਲੇ ਨੇ, ਦੂਰੇ ਥਣ ਲੱਗੇ ਨੇ ਸਾਰੀਆਂ ਨੂੰ, ਸਿੰਗਲ ਜਿਹਾ ਥਣ ਨਹੀਂ ਲੱਗਿਆ ਕਿਸੇ ਵੀ ਵੱਛੀ ਨੂੰ। ਰੰਗ ਰੂਪ ਦੀ ਇਹ ਵੀ ਸ਼ਾਨਦਾਰ ਆ। ਸੂਆ ਇਹਦਾ ਵੀ ਦੂਜਾ ਬਾਈ? ਹਾਂ ਇਹਦਾ ਵੀ ਦੂਜਾ ਵੀਰੇ। ਇਹ ਕਾ ਇੱਕ ਦਿਨ ਕੱਢ ਦੂ ਬਾਈ? ਬਸ ਇਹ ਹਫਤਾ ਕੁ ਬਚ ਵੀਰੇ, 6-7 ਦਿਨ। ਠੀਕ ਆ ਗੱਲ, ਤਕਰੀਬਨ ਹਫਤੇ ਦੇ ਆਸੇ ਪਾਸੇ ਨੇ। ਹਾਂ ਹਾਂ ਬਸ ਇੰਨੇ ਕੀ। ਕਈ ਵਾਰੀ ਇਦਾਂ ਹੁੰਦਾ ਪਸ਼ੂ ਜਾ ਕੇ ਕਿਸੇ ਭਰਾ ਕੋਲੇ ਜੀ ਲਾ ਜਾਂਦਾ ਤਾਂ 2-4 ਦਿਨ ਇੱਧਰ ਉੱਧਰ ਵੀ ਕਰ ਦਿੰਦਾ, ਜਾਂ ਕਈ ਵਾਰੀ ਗੱਡੀ ਚੜਨ ਕਰਕੇ ਪਸ਼ੂ 1-2 ਦਿਨ ਸੱਜਣੋਂ ਪਹਿਲਾਂ ਵੀ ਸੂ ਪਾਉਂਦਾ, ਕਿਉਂਕਿ ਬਾਈ ਹੋਰੀ ਵੀ ਖਰੀਦ ਕੇ ਲੈ ਕੇ ਆਉਂਦੇ ਆ। ਤਰੀਕ ਜਿਹੜੀ ਇਹਨਾਂ ਨੂੰ ਦੱਸੀ ਜਾਂਦੀ ਆ ਉਹੀ ਤਰੀਕ ਬਾਈ ਹੋਰੀ ਤੁਹਾਨੂੰ ਦੱਸਦੇ ਹੁੰਦੇ ਆ, ਕਿਉਂਕਿ ਕੋਈ ਫਿਕਸ ਨਹੀਂ ਹੁੰਦਾ ਟਾਈਮ। ਕਈ ਵਾਰੀ 1-2 ਦਿਨ ਇੱਧਰ ਉੱਧਰ ਪਸ਼ੂ ਕਰ ਜਾਂਦਾ ਹੁੰਦਾ, ਜਿਵੇਂ ਕਿਸੇ ਭਰਾ ਕੋਲੇ ਜਾ ਕੇ ਪਸ਼ੂ ਨੇ ਜੀ ਲਾ ਲਿਆ, ਬਾਈ ਜਦੋਂ ਪਸ਼ੂ ਜੀ ਲਾ ਲੈਂਦਾ 1-2 ਦਿਨ ਵੀ ਲੈ ਜਾਂਦਾ ਨਾ। ਇਹਦਾ ਦੁੱਧ ਕਿੰਨਾ ਕੁ ਦੱਸਿਆ ਬਾਈ? ਇਹਦਾ ਵੀਰੇ 16-17 ਲੀਟਰ ਚੋਇਆ ਹੋਇਆ ਪਹਿਲੇ ਸੂਏ। ਤੇ ਚਬਾਈ ਦੀਆਂ ਜਿਵੇਂ ਆਪਾਂ ਜੇ ਕਿਸੇ ਨੇ ਆਨਲਾਈਨ ਭੇਜਣੀਆਂ ਨੇਗੀਆਂ, ਥਣਾਂ ਦੀ ਓਟ ਤੇ ਭੇਜ। ਹਾਂ ਥਣਾਂ ਦੀ ਆਪਣੀ ਗਾਰੰਟੀ ਹੈ ਵੀਰੇ। ਠੀਕ ਹੈ, ਥਣਾਂ ਦੀ ਕੋਈ ਧਾਰ ਸਿੱਟਾ ਨਹੀਂ ਆਣਾ, ਆਪਾਂ ਚੀਪਾ ਮਾਰ ਕੇ ਲਿਆਏ ਵੀਰੇ। ਠੀਕ ਹੈ ਗੱਲ। ਹਾਂ ਆ ਥਣਾਂ ਦੀਆਂ ਬਾਈ ਕਹਿੰਦਾ ਪਾਸ ਨੇ, ਕਿਉਂਕਿ ਖਰੀਦਣ ਵਾਲਾ ਸੱਜਣ ਤਕਰੀਬਨ ਥਣਾਂ ਦੇ ਪਾਸ ਹੀ ਪਸ਼ੂ ਲੈਂਦਾ, ਕਿਉਂਕਿ ਅੱਗੇ ਵੇਚਣੇ ਹੁੰਦੇ ਆ, ਘਰੇ ਤਾਂ ਇਹ ਪੜਨ ਕਿਸੇ ਨੇ ਲਾਉਣੇ ਨਹੀਂ ਹੁੰਦੇ, ਤਾਂ ਕਰਕੇ ਬਾਈ ਵਰਗੇ ਵੀ ਪਾਸ ਕਰਕੇ ਲਿਆਉਂਦੇ ਆ। ਤੇ ਬਾਕੀ ਜਿਹੜੇ ਭਰਾ ਨੇ ਦੂਰ ਬੈਠੇ ਨੇ ਮੰਗਾਉਣਾ, ਉਹ ਵੀਡੀਓ ਕਾਲ ਤੇ ਵੀ ਪਾਸ ਕਰਾ ਲਿਓ, ਤੇ ਬਾਕੀ ਜਿਹਨੇ ਨੇੜੇ ਆ ਕੇ ਪਾਸ ਕਰਨਾ ਬਾਈ, ਉਹ ਨੇੜੇ ਆ ਕੇ ਚੇਪਾ ਲਾ ਕੇ ਵੀ। ਹਾਂ ਹਾਂ ਵੀਰੇ। ਤੇ ਹੁਣ ਮਾਰਦੇ ਗਰੀ ਆ ਬੱਚੀ ਦੇ ਕੈਮਰਾ, ਓਏ ਇਹਦਾ ਇਹਦਾ ਰੰਗ ਰੁੰਗ ਦਿਖਾ ਦੇ ਕਿੰਨੀ ਚਮਕ ਚਮਕ ਵਾਲਾ ਬਾਈ। ਥਣ ਸਿੰਗਲ 4 ਹੀ ਨੇ ਇਹਨਾਂ ਦੇ? ਹਾਂ 4 ਹੀ ਨੇ ਵੀਰੇ, ਫਾਲਤੂ ਤਾਂ ਨਹੀਂ ਕਿਸੇ ਬੱਚੇ? ਨਾ ਨਾ ਵੀਰੇ, 4-4 ਇੱਥੋਂ ਦਿਖਾ ਕੇ ਓਏ, ਕੱਦ ਕਾਠ ਇਹਦਾ ਆ ਗਿਆ ਫੁੱਲ ਵੱਡਾ ਬਾਈ। ਉਮਰ ਕਿੰਨੀ ਕੁ ਹੋਊਗੀ ਇਹਦੀ? ਉਮਰ ਵੀਰੇ 12 ਕੁ ਮਹੀਨੇ ਦੀ, ਇੱਕ ਹੀਟ ਤੇਰੀ ਲੰਘ ਗਈ ਵੀਰੇ, ਆਪਾਂ ਟੀਕਾ ਭਰਾਇਆ ਨਹੀਂ। ਠੀਕ ਆ ਗੱਲ। ਹਾਂ ਦੰਦੋਂ ਹਲੇ ਕਿਰੀ ਆ ਬੱਚੀ, ਕਮਾਲ ਦੀ ਯਾਰ ਗਾਵਾਂ ਜਿੱਡਾ ਕੱਦ ਹੈ ਨਾ ਹੁਣੀ ਹੁਣੀ ਨਾਲ ਵਾਲੀਆਂ ਗਾਵਾਂ ਜਿੱਡਾ ਕੱਦ ਆ ਸੱਜਣੋ। ਤੇ ਰੰਗ ਰੂਪ ਦੀ ਵੀ ਬਹੁਤ ਸ਼ਾਨਦਾਰ ਆ, ਤੇ ਆ ਗਈ ਪਿਓਰ ਜਰਸੀ 'ਚ। ਇੱਥੋਂ ਗਰੀ ਫੇਸ ਵਾਲੇ ਪੱਖ ਤੇ ਮਾਰਦੀ ਕੈਮਰਾ, ਓਏ ਬੜੀ ਸ਼ਾਨਦਾਰ ਆ, ਮੱਥੇ ਚ ਟੋਆ ਬੋਦਾ ਜਿਵੇਂ ਭਰਾ ਕਹਿੰਦੇ ਆ, ਮੋਟੀ ਅੱਖ ਜਰਸੀ 'ਚ ਆ ਗਈ। ਤੋਰੀ ਬਾਈ ਖੋਲ ਕੇ, ਤੇ ਆਪਾਂ ਬਿਊਟੀ ਵਾਲੇ ਪੱਖ 'ਚ ਵੀ ਕਹਿ ਸਕਦੇ ਹਾਂ ਵੀ ਬਿਊਟੀ ਵਾਲੇ ਪੱਖ 'ਚ ਬੱਚੀ ਸ਼ਾਨਦਾਰ ਹੈ। ਆਪਾਂ ਨੂੰ ਪਤਾ ਤਾਂ ਨਹੀਂ ਬਾਈ ਕਿਹੜੇ ਸੀਮਨ ਦੀ। ਹਾਂ ਵੀਰੇ ਠੀਕ ਆ ਗੱਲ,
ਇਹ ਬਾਈ ਕਹਿੰਦਾ ਆਪਾਂ ਖਰੀਦੀਆਂ ਵੀ ਆ, ਆਪਾਂ ਨਹੀਂ ਬਣਾਉਂਦੇ ਇਹਨਾਂ ਨੂੰ ਵੀ, ਇਹ ABS ਦੀ ਬਣਾਤੀ ਜਾਂ ਡੈਨਮਾਰਕ ਦੀ ਬਣਾਤੀ, ਕਿਉਂਕਿ ਜਿਹੜੀ ਇਹਦੀ ਕੁਆਲਿਟੀ ਆ, ਇਹਦੀ ਕੁਆਲਿਟੀ ਆਪੇ ਦੱਸਦੀ ਆ। ਬਾਡੀ ਦੇ ਵਿੱਚ ਸ਼ਾਈਨਿੰਗ ਆ ਗਈ, ਪਿੰਡੇ 'ਚ ਲੈਗ ਸਕੋਰ, ਕੱਦ ਕਾਠ ਤੇ ਲੰਬਾਈ ਵੱਛੀ ਦੀ, ਨਾਲ ਵਾਲੀਆਂ ਮੰਨ ਲਓ ਵੀ ਬੈੜਾਂ ਜਿੰਨਾ ਕੱਦ ਆ ਵੱਛੀ ਦਾ, ਹਾਈਟ ਬਹੁਤ ਕਰੂਗੀ ਤੇ ਅੱਗੇ ਜਾ ਕੇ ਚੰਗੀ ਰੈਡੀ ਹੋ ਜੂਗੀ। ਇੱਕ ਹੀਟ ਬਾਈ ਕਹਿੰਦਾ ਇਹਦੀ ਮਿਸ ਕਰਤੀ ਆਪਾਂ ਨੇ, ਤਕਰੀਬਨ ਉਮਰ ਇਹਦੀ 12 ਮਹੀਨਿਆਂ ਦੇ ਆਸੇ ਪਾਸੇ ਆ, 1-2 ਮਹੀਨੇ ਇੱਧਰ ਉੱਧਰ ਵੀ ਹੋ ਸਕਦੀ ਹੈ, ਕਿਉਂਕਿ ਜਿਵੇਂ ਤੁਹਾਨੂੰ ਮੈਂ ਪਹਿਲਾਂ ਹੀ ਦੱਸਿਆ ਵੀ ਬਾਈ ਹੋਰੀ ਉਹੀ ਡਿਟੇਲ ਦੱਸਣਗੇ ਜਿਹੜੀ ਅੱਗਿਓਂ ਬਾਈ ਫਾਰਮ ਵਾਲਾ ਜਾਂ ਮਾਲਕ ਦੱਸ ਕੇ ਭੇਜਦਾ। ਤੇ ਹੁਣ ਮਾਰਦੇ ਨਾਲ ਵਾਲੀ ਵੱਛੀ ਤੇ ਗਹਿਰੀ, ਪਹਿਲਾਂ ਫੇਸ ਤੇ ਇਹਦੀ ਵੀ ਮਾਰਦੇ ਕਹਿੰਦਾ, ਤੁਰ ਦੇਗਾ ਬਾਈ ਇਹਨੂੰ ਵੀ। ਹਾਂ ਹਾਂ ਵੀਰੇ, ਇਹਦੀ ਉਮਰ ਕਿੰਨੀ ਕ ਬਾਈ? ਇਹ 10-10 ਮਹੀਨਿਆਂ ਦੇ ਬੱਚੇ ਆ ਵੀਰੇ ਦੋਨੇ ਦੋਨੇ। ਹਾਂ ਹਾਂ, ਇਹਨਾਂ 'ਚੋਂ ਕਨਸੈਸ਼ਨ ਹੋ ਜੂਗਾ ਫਿਰ ਜੇ ਕਿਸੇ ਨੇ ਤਿੰਨੇ ਇਕੱਠੇ ਲੈਣੇ ਹੋਏ? ਤਿੰਨੇ ਵੀਰੇ ਆਪਣੇ, ਇਹ ਤਿੰਨਾਂ ਦਾ 75,000 ਰੁਪਇਆ। ਠੀਕ ਆ ਗੱਲ। ਹਾਂ, ਤਿੰਨਾਂ ਦਾ ਬਾਅਦ ਉਹਦੇ ਵਿੱਚ ਮਾਨ ਤਾਨ ਕਰ ਦਾਂਗੇ। ਠੀਕ ਆ ਗੱਲ। ਹਾਂ, ਇਹ ਬੱਚੀਆਂ ਦਾ ਰੇਟ ਬਾਈ ਕਹਿੰਦਾ ਤਿੰਨਾਂ ਦਾ 75,000 ਰੁਪਇਆ ਰੇਟ ਆ, ਤੇ ਮਾਨ ਤਾਨ ਥੋੜਾ ਬਹੁਤਾ ਕੋਈ ਭਰਾ ਹਨਾ ਇਕੱਠੇ ਤਿੰਨੇ ਨਗ ਲੈਂਦਾ ਤਾਂ ਉਹਦੇ 'ਚ ਹੋ ਜੂਗਾ, ਤੇ ਕੱਲੀ ਕੱਲੀ ਦਾ ਬਾਈ ਤੋਂ ਫੋਨ ਤੇ ਕਨਫਰਮ ਕਰ ਲਿਓ ਜੇ ਕਿਸੇ ਭਰਾ ਨੇ ਨਾ ਜੋ ਕੱਲਾ ਕੱਲਾ ਨਗ ਲੈਣਾ। ਆ ਗਈਆਂ ਬੱਚੀਆਂ ਤਿੰਨੀ ਪਿਓਰ ਜਰਸੀ ਦੇ ਵਿੱਚ ਹੀ ਆ ਗਈਆਂ, ਕੋਈ ਕ੍ਰੋਸ ਪਾਉਣ ਵਾਲਾ ਸੀਨ ਨਹੀਂ ਹੈਗਾ ਕਿਸੇ ਵੀ ਪੱਖ ਤੋਂ। ਥਾਣੇ ਨਾ ਤਿੰਨਾਂ ਦੀ ਸਿੰਗਲ ਚਾਰ ਨੇ, ਜਿਵੇਂ ਆਹ ਬੱਚੀ ਆ ਗਈ ਥਣ ਬਹੁਤ ਮੋਟਾ ਲੱਗਿਆ ਇੱਥੋਂ ਦਿਖਾਦੀ ਗਰੀ, ਤੇ ਉਮਰ ਇਹਦੀ ਵੀ 10 ਕੁ ਮਹੀਨੇ ਆ, ਇਹਦੀ ਵੀ ਫੇਸ ਤੇ ਗਹਿਰੀ ਮਾਰਦੀ ਕੈਮਰਾ ਕੋਈ, ਇਹ ਵੀ ਪਿਓਰ ਜਰਸੀ 'ਚ ਹੀ ਆ ਗਈ, ਧੋਰ ਦੇ ਬਈ ਐਂ। ਅਤੇ ਰੰਗ ਰੂਪ ਵੀ ਜਰਸੀ ਵਾਲਾ, ਅਤੇ ਝੋਲੀਆਂ ਚੰਗੀਆਂ ਨੇ, ਜਿਵੇਂ ਆਪਾਂ ਕਹਿ ਲਈਏ ਵੀ ਥੋੜ੍ਹੀ ਸੰਭਾਲ ਹੋ ਜਾਏ ਇਹਨਾਂ ਛੋਟੀਆਂ ਬੱਚੀਆਂ ਦੀ ਜੋੜੇ ਦੀ, 15 ਕੁ ਦਿਨਾਂ 'ਚ ਪੂਰੀਆਂ ਸੈੱਟ ਬੈਟ ਹੋ ਜਾਣੀਆਂ। ਜਿਵੇਂ ਭਰਾ ਆਪਣੇ ਕਈ ਕਹਿ ਦਿੰਦੇ ਆ ਵੀ ਆਪਾਂ ਨੂੰ ਜਰਸੀ ਦੇ ਹੀਫਰ ਚਾਹੀਦੇ ਆ, ਉਹਨਾਂ ਵਾਸਤੇ ਬਾਈ ਲੈ ਕੇ ਆਇਆ ਪਿਓਰ ਜਰਸੀ 'ਚ ਨੇ, ਤਿੰਨਾਂ ਦਾ 75,000 ਡਿਮਾਂਡ ਆ। ਮਾਨ ਤਾਨ ਬਾਈ ਕਹਿੰਦਾ ਕੋਈ ਗੱਲ ਨਹੀਂ, ਉਦਾਂ ਦਾ ਜਿੱਦਾਂ ਦਾ ਭਰਾ ਆਊਗਾ ਤਾਂ ਮਾਨ ਤਾਨ ਇਹਨੂੰ 'ਚ ਜ਼ਰੂਰ ਹੋ ਜੂਗਾ, ਨੰਬਰ ਬੋਲ ਦੂਜੀ। ਨੰਬਰ ਹੈਗਾ ਵੀਰੇ 98-787-5609 ਵੀਰੇ, 98-787-5609। ਪਿੰਡ ਆ ਗਿਆ ਬਾਈ ਦਾ ਗੁਰਮਾ, ਇਹ ਨੇੜੇ ਤੇੜੇ ਆਪਣੇ ਕਿਹੜੇ ਪਿੰਡ ਆ ਗਏ? ਨੇੜੇ ਵੀਰੇ ਆਪਣੇ ਹਮੀਦੀ ਆ, ਠੁੱਲੀ ਵਾਲਾ, ਨੰਗਲ ਆ, ਗੁਮਟੀ ਆ, ਗੁਮਟੀ ਆ ਗਿਆ। ਹਾਂ, ਬਜੀਤ ਕੀ ਜਿਵੇਂ ਆ ਗਏ ਭੱਦਰਵੜ, ਇਹ ਨੇੜੇ ਨੇ। ਬਰਨਾਲੇ ਤੋਂ ਕਿੰਨੀ ਕੁ ਦੂਰ ਆ ਆਪਾਂ? ਬਰਨਾਲਾ ਬਸ 13-14 ਕਿਲੋਮੀਟਰ ਹੋਊ ਵੀਰੇ। 13-14 ਕਿਲੋਮੀਟਰ? ਹਾਂ ਵੀਰੇ। ਤੇ ਰਾਏਕੋਟ ਕਿੰਨਾ ਕੁ ਬਾਈ ਤੋਂ? ਰਾਏਕੋਟ ਹੋਊ ਬਸ 20 ਕਿਲੋਮੀਟਰ। ਠੀਕ ਆ ਗੱਲ। ਹਾਂ, ਰਾਏਕੋਟ ਹੀ ਰਾਏਕੋਟ ਆ, 20 ਕਿਲੋਮੀਟਰ ਹੀ ਆਪਾਂ ਨੂੰ 2 ਕਿਲੋਮੀਟਰ ਮਰੇਲਕੋਟਲਾ ਪੈ ਜਾਣਾ, 2 ਕਿਲੋਮੀਟਰ ਹੀ ਆਪਾਂ ਧੂਰੀ ਪੈ ਜਾਣਾ। ਠੀਕ, 40 ਹੀ ਆ ਬਸ ਸੈਂਟਰ ਜੇ ਪਿੰਡ। ਧੂਰੀ, ਮਰੇਲਕੋਟਲਾ, ਰਾਏਕੋਟ ਤੇ ਬਰਨਾਲਾ, ਤਿੰਨਾਂ ਚਾਰਾਂ ਸਿਟੀਆਂ ਦੇ ਬਾਈ ਕਹਿੰਦਾ ਵਿਚਾਲੇ ਜੇ ਆ ਗਿਆ, ਤਕਰੀਬਨ 20-22 ਕਿਲੋਮੀਟਰ ਦਾ ਫਾਸਲਾ ਹੀ ਆ। ਬਾਕੀ ਨੰਬਰ ਬਾਈ ਦਾ ਸਕਰੀਨ ਤੇ ਚੱਲੀ ਜਾਂਦਾ। ਜਿਹੜੇ ਭਰਾ ਨੂੰ ਇਹਨਾਂ ਬੱਛੀਆਂ ਚੋਂ ਜਾਂ ਗਾਵਾਂ ਚੋਂ ਕੋਈ ਵੀ ਪਸ਼ੂ ਪਸੰਦ ਆਉਂਦਾ ਉਹ ਸੰਪਰਕ ਕਰ ਲਿਓ, ਤੇ ਧਾਰਾਂ ਤੁਹਾਨੂੰ ਜ਼ਰੂਰ ਦਿਖਾ ਦੇਣਾ ਮਾਰ ਕੇ, 1 ਨੰਬਰ ਵਾਲੀ ਦੀਆਂ ਤਾਂ ਲਾ ਦੇ ਬੱਚਾ ਬਈ ਇਹਨੂੰ। ਤਾਂ ਚਵਾਈ ਸੱਜਣੋ ਚੈੱਕ ਕਰ ਸਕਦੇ ਹੋ, ਚਵਾਈ ਮੱਝਾਂ ਦੇ ਏੜ ਗੇੜੀ ਆ, ਤੇ ਬਾਕੀ ਸੁਭਾਅ ਦੀ ਬੱਛੀ ਠੰਡੀ ਆ, ਨਿਆਣਾ ਪਾਓ ਨਾ ਪਾਓ ਉਹ ਕੋਈ ਸਮੱਸਿਆ ਨਹੀਂ, ਮੱਝਾਂ ਦੇ ਬਰਾਬਰ ਹੀ ਆ ਸਿਸਟਮ। ਦੁੱਧ ਦਾ ਕਲਰ ਵੀ ਜਿਵੇਂ ਤੁਹਾਨੂੰ ਮੈਂ ਦੱਸਿਆ ਵੀ ਇਹਨਾਂ ਦਾ ਜਿਹੜਾ ਦੁੱਧ ਹੁੰਦਾ ਜਰਸੀ ਦਾ ਮੱਝ ਦੇ ਬਰਾਬਰ ਹੀ ਹੋ ਜਾਂਦਾ, 19-21 ਦੀ ਫਰਕ ਹੁੰਦਾ, ਤੇ ਬਾਕੀ ਚਬਾਈ ਦੀ ਬਹੁਤ ਸੋਹਣੀ ਆ। ਤੇ ਬਾਕੀ ਇਹਨਾਂ 'ਚੋਂ ਜਿਹੜੀ ਵੀ ਮੱਛੀ ਬਾਈ ਤੁਹਾਨੂੰ ਪਸੰਦ ਆਊਗੀ, ਤਸੱਲੀ ਕਰਕੇ ਗੱਲਬਾਤ ਕਰਕੇ ਬਾਈ ਨਾਲ ਖਰੀਦ ਕੇ ਲੈ ਜਿਓ। ਧੰਨਵਾਦ ਜੀ।